ਇਹ ਇੱਕ ਸਟੈਟਿਕ ਇਲੈਕਟ੍ਰਿਸਿਟੀ ਦਾ ਵਧੀਆ ਮਾਡਲ ਹੈ। ਤੁਹਾਨੂੰ ਇਸ ਲਈ ਪੇਪਰ ਕੱਪ 10x5 cm ਦਾ ਕਾਗਜ਼, ਸਟ੍ਰਾਅ ਅਤੇ ਟਿਸ਼ੂ ਪੇਪਰ ਚਾਹੀਦਾ ਹੈ। ਪੈਨਸਿਲ ਦੀ ਮਦਦ ਨਾਲ ਪੇਪਰ ਕੱਪ ਦੇ ਵਿਚਕਾਰ ਇੱਕ ਗਲੀ ਕਰੋ। ਪੇਪਰ ਕੱਪ ਪੈਨਸਿਲ ਲਈ ਸਟੈਂਡ ਬਣੇਗਾ। ਹੁਣ ਰੈਕਟੈਂਗੂਲਰ ਪੇਪਰ ਨੂੰ ਦਿਖਾਏ ਅਨੁਸਾਰ ਮੋੜੋ। ਹੁਣ ਕਾਗਜ਼ ਦੇ ਵਿਚਕਾਰਲੇ ਪੁਆਇੰਟ ਨੂੰ ਪੈਨਸਿਲ ਉੱਤੇ ਰੱਖੋ। ਇਹ ਧਿਆਨ ਰੱਖੋ ਕਿ ਇਹ ਆਸਾਨੀ ਨਾਲ ਘੁੰਮੇ। ਹੁਣ ਸਟ੍ਰਾਅ ਨੂੰ ਟਿਸ਼ੂ ਪੇਪਰ ਨਾਲ ਰਗੜੋ ਤਾਂ ਕਿ ਉਹ ਇਲੈਕਟ੍ਰੀਕਲੀ ਚਾਰਜ ਹੋ ਜਾਵੇ। ਜਿਵੇਂ ਤੁਸੀਂ ਸਟ੍ਰਾਅ ਨੂੰ ਕਾਗਜ਼ ਕੋਲ ਲੈ ਕੇ ਜਾਓਗੇ ਤਾਂ ਕਾਗਜ਼ ਸਟ੍ਰਾਅ ਦੀ ਦਿਸ਼ਾ ਵਿੱਚ ਘੁੰਮੇਗਾ। ਤੁਸੀਂ ਇੱਥੇ ਬੱਚਿਆਂ ਨੂੰ ਇਸ ਨਾਲ ਖੇਡਦੇ ਵੇਖ ਸਕਦੇ ਹੋ।